ਤੈਨੂੰ ਦੋਸਤੋ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਜਿਹੜਾ ਸਮਾਰਟ ਕਾਰ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਗੌਰਮੈਂਟ ਆਫਿਸ਼ੀਅਲ ਵੈਬਸਾਈਟ ਉੱਪਰ ਜਾਣਾ ਪਵੇਗਾ ਜਿਹੜੀ ਕਿ parivahan.gov.in ਹੈ, ਜਿਹੜੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਵਿੱਚ ਵੀ ਮਿਲ ਜੂ। ਇਸ ਸਾਈਟ ਦੇ ਉੱਪਰ ਪਹੁੰਚਣ ਤੋਂ ਬਾਅਦ ਆਪਾਂ ਨੂੰ ਔਨਲਾਈਨ ਸਰਵਿਸ ਦਾ ਆਪਸ਼ਨ ਇੱਥੇ ਮਿਲ ਜਾਂਦਾ, ਇਸ 'ਤੇ ਆਪਾਂ ਕਲਿੱਕ ਕਰਾਂਗੇ ਤਾਂ ਡਰਾਈਵਿੰਗ ਲਾਇਸੈਂਸ ਰਿਲੇਟਡ ਸਰਵਿਸ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਨੈਕਸਟ ਪੇਜ ਜਿਹੜਾ ਇਸ ਤਰ੍ਹਾਂ ਦਾ ਆਪਣੇ ਸਾਹਮਣੇ ਆ ਜਾਵੇਗਾ। ਹੁਣ ਆਪਾਂ ਨੀਚੇ ਆਪਾਂ ਦੇਖ ਸਕਦੇ ਹਾਂ, ਇੱਥੇ ਆਪਾਂ ਆਪਣੇ ਪੰਜਾਬ ਸਿਲੈਕਟ ਕਰ ਲਾਂਗੇ ਅਤੇ ਪੰਜਾਬ ਸਰਚ ਕਰਨ ਤੋਂ ਬਾਅਦ ਇਹ ਪੰਜਾਬ ਦਾ ਆਫਿਸ਼ੀਅਲ ਜਿਹੜਾ ਪੋਰਟਲ ਹੈ ਉਸ 'ਤੇ ਆਪਾਂ ਨੂੰ ਲੈ ਜਾਵੇਗਾ ਅਤੇ ਇਸ ਤਰ੍ਹਾਂ ਦਾ ਪੇਜ ਜਿਹੜਾ ਕਿ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗ ਰਹੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਡੇ ਸਪੋਰਟ ਦੀ ਜ਼ਰੂਰਤ ਹੈ, ਵੈਸੇ ਕੋਈ ਬਿੱਲ ਨਹੀਂ ਆਉਂਦਾ ਸਬਸਕ੍ਰਾਈਬ ਅਤੇ ਲਾਈਕ ਕਰਨ ਦਾ। ਹੁਣ ਆਪਾਂ ਨੀਚੇ ਇੱਥੇ ਦੇਖ ਸਕਦੇ ਹਾਂ ਔਨ ਅਪਲਾਈ ਔਨਲਾਈਨ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ ਅਤੇ ਜਿਵੇਂ ਆਪਾਂ ਇਸ 'ਤੇ ਕਲਿੱਕ ਕਰਾਂਗੇ ਤਾਂ ਆਪਾਂ ਨੂੰ ਜਿਹੜੇ ਸਰਵਿਸ ਔਨ ਡਰਾਈਵਿੰਗ ਲਾਇਸੈਂਸ ਰਿਨਿਊ ਡੁਪਲੀਕੇਟ AEDL ਅਦਰਸ 'ਤੇ ਆਪਾਂ ਇਸ 'ਤੇ ਕਲਿੱਕ ਕਰ ਲਾਂਗੇ। ਅਤੇ ਨੈਕਸਟ ਪੇਜ ਵਿੱਚ ਵੀ ਦੋਸਤੋ ਆਪਾਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਆਪਾਂ 18 ਤਰ੍ਹਾਂ ਦੀਆਂ ਜਿਹੜੀ ਕਰੈਕਸ਼ਨ ਹੈ ਆਪਣੇ DL ਵਿੱਚ ਡਰਾਈਵਿੰਗ ਲਾਇਸੈਂਸ ਵਿੱਚ ਇਸ ਸਾਈਟ ਤੋਂ ਕਰ ਸਕਦੇ ਹਾਂ। ਜੇ ਤੁਸੀਂ ਇਹ ਪੜ੍ਹਨਾ ਚਾਹੋ ਤਾਂ ਇੱਕ ਵਾਰੀ ਰੀਡ ਜ਼ਰੂਰ ਕਰ ਲਿਓ, ਨਹੀਂ ਤਾਂ ਆਪਾਂ ਕੰਟੀਨਿਊਸ 'ਤੇ ਕਲਿੱਕ ਕਰਕੇ ਅੱਗੇ ਚੱਲ ਵੜਾਂਗੇ। ਇਸ ਤੋਂ ਬਾਅਦ ਆਪਾਂ ਨੂੰ ਆਪਣੇ ਡਰਾਈਵਿੰਗ ਲਾਇਸੈਂਸ ਨੰਬਰ ਇੱਥੇ ਫਿੱਲ ਕਰਨਾ ਅਤੇ ਆਪਣੀ ਡੇਟ ਆਫ ਬਰਥ ਇੱਥੇ ਫਿੱਲ ਕਰਨੀ ਹੈ ਅਤੇ ਇੱਥੋਂ ਆਪਾਂ ਆਪਣੀ ਸਟੇਟ ਸਿਲੈਕਟ ਕਰਨਾ ਹੈ ਪੰਜਾਬ ਅਤੇ ਆਪਣਾ ਨੇੜੇ ਦਾ ਜਿਹੜਾ RTO ਆਫਿਸ ਲੱਗਦਾ ਇਹ ਆਟੋਮੈਟਿਕਲੀ ਆਪਾਂ ਨੂੰ ਸ਼ੋਅ ਕਰਨ ਲੱਗ ਜਾਂਦਾ ਇੱਥੇ। ਅਤੇ ਸਿਲੈਕਟ ਕਰਨ ਤੋਂ ਬਾਅਦ ਆਪਾਂ ਪ੍ਰੋਸੀਡ 'ਤੇ ਕਲਿੱਕ ਕਰ ਦਾਂਗੇ ਅਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੀ ਡਰਾਈਵਿੰਗ ਲਾਇਸੈਂਸ ਦੀ ਪੂਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਆ ਜਾਵੇਗੀ ਅਤੇ ਜਦੋਂ ਆਪਾਂ ਇਸ ਨੂੰ ਨੀਚੇ ਸਕਰੋਲ ਕਰਾਂਗੇ ਤਾਂ ਇਸ ਤਰ੍ਹਾਂ ਦਾ ਆਪਸ਼ਨ ਆਪਾਂ ਨੂੰ ਦੇਖਣ ਨੂੰ ਮਿਲੇਗਾ। ਸਭ ਤੋਂ ਪਹਿਲਾਂ ਜਿੱਥੇ ਆਪਾਂ ਨੂੰ ਇਹ ਸਿਲੈਕਟ ਦਾ ਆਪਸ਼ਨ ਦਿਖ ਰਿਹਾ ਇੱਥੇ ਤਾਂ ਇੱਥੇ ਆਪਾਂ ਇਸ ਨੂੰ ਕਲਿੱਕ ਕਰਕੇ ਇਸ 'ਤੇ ਆਪਾਂ ਯੈਸ 'ਤੇ ਇੱਕ ਮਾਰ ਲਗਾ ਕੇ ਨੀਚੇ ਜਦੋਂ ਆਪਾਂ ਸਟੇਟ ਸਿਲੈਕਟ ਕਰ ਲਾਂਗੇ RTO ਆਫਿਸ ਜਿਹੜਾ ਆਪਣੇ ਨੇੜੇ ਪੈਂਦਾ ਉਹ ਸਿਲੈਕਟ ਕਰ ਲਾਂਗੇ ਅਤੇ ਆਪਣਾ ਪਿੰਨ ਏਰੀਏ ਦਾ ਪਿੰਨ ਕੋਡ ਇੱਥੇ ਭਰ ਕੇ ਪ੍ਰੋਸੀਡ ਨਾਓ 'ਤੇ ਕਲਿੱਕ ਕਰ ਦਾਂਗੇ। ਦੈਨ ਦੋਸਤੋ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਏਗਾ। ਇੱਥੇ ਆਪਾਂ ਕਰਨਾ ਕੁਛ ਨਹੀਂ ਹੈ, ਜਸਟ ਇਸ਼ੂ ਆਫ ਡੁਪਲੀਕੇਟ DL 'ਤੇ ਆਪਾਂ ਇੱਕ ਮਾਰ ਲਗਾ ਕੇ ਪ੍ਰੋਸੀਡ 'ਤੇ ਕਲਿੱਕ ਕਰ ਦਾਂਗੇ। ਦੋਸਤੋ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ। ਇੱਥੇ ਆਪਾਂ ਨੂੰ ਰੀਜ਼ਨ ਦੱਸਣਾ ਹੁੰਦਾ ਕਿਉਂ ਆਪਾਂ ਡੁਪਲੀਕੇਟ ਜਿਹੜਾ DL ਆ ਉਹ ਇਸ਼ੂ ਕਰਵਾਉਣਾ ਹੈ ਤਾਂ ਆਪਾਂ ਇੱਥੇ ਰੀਜ਼ਨ ਲਿਖ ਸਕਦੇ ਹਾਂ ਕਿ ਸਮਾਰਟ ਕਾਰਡ ਦੀ ਜ਼ਰੂਰਤ ਹੈ। ਇਸ ਕਰਕੇ ਜਸਟ ਸਮਾਰਟ ਕਾਰਡ ਲਿਖ ਕੇ ਵੀ ਅਤੇ ਇੱਥੇ ਆਪਾਂ ਟਿੱਕ ਮਾਰ ਲਗਾਵਾਂਗੇ ਇੱਕ ਅਤੇ ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਇੱਥੇ ਸੇਮ ਕੈਪਚਾ ਭਰ ਕੇ ਸਬਮਿਟ 'ਤੇ ਕਲਿੱਕ ਕਰ ਦਾਂਗੇ। ਅਕਨੋਲੇਜਮੈਂਟ ਰਜਿਸਟਰ ਜਿਹੜੀ ਉਹ ਰੈਡੀ ਹੋ ਜਾਂਦੀ ਹੈ, ਇਸ 'ਤੇ ਤੁਸੀਂ ਸਕਰੀਨਸ਼ੋਟ ਲੈ ਲੈਣਾ ਹੈ ਜਾਂ ਇਸਦਾ ਪ੍ਰਿੰਟ ਕਢਵਾ ਕੇ ਵੀ ਇਸਨੂੰ ਸੇਵ ਰੱਖਣਾ ਆਪਣੇ ਕੋਲ ਇਸਦੀ, ਕਿਉਂਕਿ ਇਸਦਾ ਜਿਹੜਾ ਐਪਲੀਕੇਸ਼ਨ ਨੰਬਰ ਦੇ ਥਰੂ ਤੁਸੀਂ ਆਪਣਾ ਔਨਲਾਈਨ ਸਟੇਟਸ ਵੀ ਚੈੱਕ ਕਰ ਸਕਦੇ ਹੋ ਕਿ ਵਿੱਚ ਜਿਹੜਾ ਉਹ ਮੈਨੂੰ ਘਰ ਡਿਲੀਵਰ ਹੋ ਜਾਵੇਗਾ। ਪੂਰੀ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਹੋ ਕਿੱਥੇ ਪਹੁੰਚਿਆ ਕਿੱਥੇ ਨਹੀਂ ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕੁਝ ਨਹੀਂ ਹੈ, ਜਸਟ ਆਪਾਂ ਨੈਕਸਟ 'ਤੇ ਆਪਾਂ ਇੱਥੇ ਕਲਿੱਕ ਕਰ ਦਾਂਗੇ ਅਤੇ ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਵਿੱਚ ਤੁਹਾਨੂੰ ਫੀਸ ਦਾ ਆਪਸ਼ਨ ਦੇਖਣ ਨੂੰ ਮਿਲ ਜਾਵੇਗਾ। ਹੁਣ ਆਪਾਂ ਇਹਨਾਂ ਦੀ ਫੀਸ ਦੀ ਪੇਮੈਂਟ ਕਰਨੀ ਹੈ, ਜਸਟ ਆਪਾਂ ਸੈਕਿੰਡ ਨੰਬਰ 'ਤੇ ਟਿੱਕ ਮਾਰ ਲਗਾਉਣੀ ਹੈ ਅਤੇ ਪ੍ਰੋਸੀਡ 'ਤੇ ਆਪਾਂ ਕਲਿੱਕ ਕਰ ਦਾਂਗੇ ਅਤੇ ਇਸ ਤੋਂ ਬਾਅਦ ਆਪਾਂ ਪੇ ਨਾਓ 'ਤੇ ਆਪਾਂ ਜਦੋਂ ਇੱਥੇ ਕਲਿੱਕ ਕਰਾਂਗੇ ਤਾਂ ਨੈਕਸਟ ਪੇਜ ਦੇ ਉੱਪਰ ਆਪਾਂ ਪਹੁੰਚ ਜਾਵਾਂਗੇ। ਹੁਣ ਦੋਸਤੋ ਇਸ ਤੋਂ ਬਾਅਦ ਆਪਾਂ ਨੂੰ ਇਸ ਤਰ੍ਹਾਂ ਦਾ ਆਪਸ਼ਨ ਜਿਹੜਾ ਪੇਮੈਂਟ ਦਾ ਆਪਸ਼ਨ ਉਹ ਦੇਖਣ ਨੂੰ ਮਿਲ ਜਾਵੇਗਾ। ਆਪਾਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਪ੍ਰੀਪੇਡ ਕਾਰਡ ਜਾਂ ਇੰਟਰਨੈਟ ਬੈਂਕਿੰਗ ਜਾਂ ਵਾਲਟ ਥਰੂ ਵੀ ਆਪਾਂ ਜਿਹੜੀ ਇਹ ਪੇਮੈਂਟ ਕਰ ਸਕਦੇ ਹਾਂ। ਜੇ ਤੁਸੀਂ ਡੈਬਿਟ ਕਾਰਡ ਦੁਆਰਾ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਾਂ ਇੱਥੇ ਜਿਹੜਾ ਆਪਣੇ ATM ਕਾਰਡ ਦੇ ਨੰਬਰ ਹੁੰਦਾ ਇੱਥੇ ਆਪਾਂ ਫਿੱਲ ਕਰਨਾ, ਇਸ ਤੋਂ ਬਾਅਦ ਉਸਦੀ ਐਕਸਪਾਇਰੀ ਡੇਟ ਫਿੱਲ ਕਰਨਾ ਅਤੇ CVV ਨੰਬਰ ਦੋਸਤੋ ATM ਦੇ ਪਿੱਛੇ 'ਤੇ ਨੱਖਰ ਹੁੰਦਾ ਉਹ ਆਪਾਂ ਇੱਥੇ ਫਿੱਲ ਕਰ ਲਾਂਗੇ ਜਾਂ ਅਕਾਊਂਟ ਹੋਲਡਰ ਦਾ ਨੇਮ ਹੈ ਇੱਥੇ ਫਿੱਲ ਕਰਕੇ ਪੇ ਨਾਓ 'ਤੇ ਕਲਿੱਕ ਕਰ ਦਾਂਗੇ। ਦੋਸਤੋ ਪੇਮੈਂਟ ਦਾ ਆਪਸ਼ਨ ਇੱਕ ਵਾਰ ਕਲੀਅਰ ਹੋਣ ਤੋਂ ਬਾਅਦ ਵਿਦਿਨ 15 ਦਿਨਾਂ ਦੇ ਅੰਦਰ ਅੰਦਰ ਬਾਏ ਪੋਸਟ ਜਿਹੜਾ ਕਿ ਤੁਹਾਡਾ ਨਈ ਸਮਾਰਟ ਕਾਰਡ DL ਹੈ ਜਿਹੜਾ ਉਹ ਘਰ ਆਪਣੇ ਤੁਹਾਡੇ ਪਤੇ ਉੱਪਰ ਪੋਸਟ ਆਫਿਸ ਰਾਹੀਂ ਭੇਜ ਦਿੱਤਾ ਜਾਵੇਗਾ ਅਤੇ ਇਸਦਾ ਤੁਸੀਂ ਔਨਲਾਈਨ ਸਟੇਟਸ ਵੀ ਚੈੱਕ ਕਰ ਸਕਦੇ ਹੋ। ਉਸਦੀ ਡਿਟੇਲ ਵੀ ਤੁਹਾਨੂੰ ਮੈਂ ਨੈਕਸਟ ਵੀਡੀਓ ਵਿੱਚ ਦੇ ਦੇਵਾਂਗੀ ਕਿਵੇਂ ਇਹ ਚੈੱਕ ਕਰਨਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।